ਸ਼੍ਰੀਕਾਲ ਜੀ, ਮੈਂ ਇਸ ਹੀ ਸੂਰਜ ਪਾਣਾ ਟ੍ਰੈਫਿਕ ਇੰਚਾਰਜ ਜਲਾਲਾਬਾਦ ਲੱਗਿਆ ਹੈ ਜੀ। ਅੱਜ ਅਸੀਂ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਮੁਕਤਸਰ ਰੋਡ 'ਤੇ ਨਾਕਾ ਲਗਾਇਆ ਹੈ। ਆਉਣ ਜਾਣ ਵਾਲੇ ਵਹੀਕਲਾਂ ਨੂੰ ਚੈਕਿੰਗ ਕਰਕੇ ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਹਾਂ ਅਤੇ ਜਿਨ੍ਹਾਂ ਦੇ ਡਾਕੂਮੈਂਟ ਘੱਟ ਨੇ ਉਹਨਾਂ ਦੇ ਅਸੀਂ ਚਲਾਨ ਵੀ ਕਰ ਰਹੇ ਹਾਂ ਅਤੇ ਜਿਨ੍ਹਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਅਸੀਂ ਬੰਦ ਵੀ ਕਰਾਂਗੇ ਅਤੇ ਜਿਹੜੇ ਆਵਾਰਾਗਰਦੀ ਕਰਦੇ ਨੇ ਜਾਂ ਹੁੱਲੜਬਾਜ਼ੀਆਂ ਕਰਦੇ ਨੇ ਇਹਨਾਂ ਨੂੰ ਅਸੀਂ ਕਦੇ ਨਹੀਂ ਬਖਸ਼ਾਂਗੇ। ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਹੀ ਹੋਣਾ ਹੈ ਅਤੇ ਇੱਕ ਬੁਲਟ ਮੋਟਰਸਾਈਕਲ ਰੋਕਣ ਦੇ ਬਾਵਜੂਦ ਮੋਟਰਸਾਈਕਲ ਨੂੰ ਭਜਾ ਕੇ ਲੈ ਗਿਆ ਜਿਹਦਾ ਤੁਸੀਂ ਆਪਦੇ ਮੋਬਾਈਲ 'ਤੇ ਜਿਹੜਾ ਉਹਦਾ ਨੰਬਰ ਵੀ ਨੋਟ ਕੀਤਾ ਇਹਦਾ ਅਸੀਂ ਨੰਬਰ ਕਢਵਾ ਕੇ ਉਹਨਾਂ ਤੱਕ ਅਸੀਂ ਜ਼ਰੂਰ ਪਹੁੰਚਾਂਗੇ ਜਿਨ੍ਹਾਂ ਦੇ ਬੱਚਿਆਂ ਨੇ ਮੋਟਰਸਾਈਕਲ ਭਜਾਇਆ। ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਰੋਕਣ ਦੇ ਬਾਵਜੂਦ ਨਹੀਂ ਰੁਕਦੇ? ਇਹੋ ਹੀ ਤਾਂ ਹੁੱਲੜਬਾਜ਼ੀਆਂ ਕਰਦੇ ਜਿਹੜੀ ਜਿੰਨੀਆਂ ਵੀ ਆਵਾਰਾਗਰਦੀਆਂ ਕਰਨ ਵਾਲੇ ਨੇ ਜਾਂ ਮੰਨ ਕੇ ਚਲੋ ਜਿੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਨਾ ਜੀ, ਉਹ ਬਿਨਾਂ ਨੰਬਰ ਹੀ ਮੋਟਰਸਾਈਕਲਾਂ ਨਾਲ ਹੋ ਰਹੀਆਂ ਨੇ। ਇਸ ਕਰਕੇ ਅਸੀਂ ਇਹਨਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਤੇ ਪਿੰਡ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪੋ ਆਪਣੇ ਜਿਹੜੇ ਕਾਗਜ਼ ਪੱਤਰ ਨੇ ਪੂਰੇ ਰੱਖੋ ਅਤੇ ਆਪਣੇ ਕਾਗਜ਼ ਜਿਹੜੇ ਨੇ ਬਣਾ ਕੇ ਰੱਖੋ ਅਤੇ ਹਮੇਸ਼ਾ ਤੁਹਾਡੇ ਕੋਲ ਹੋਣੇ ਚਾਹੀਦੇ ਆ। ਇਹ ਨਹੀਂ ਵੀ ਜਦੋਂ ਅਸੀਂ ਮੋਟਰਸਾਈਕਲ ਰੋਕੀਦਾ ਤਾਂ ਇਹਨਾਂ ਨੂੰ ਸਾਨੂੰ ਉਹਨਾਂ ਨੂੰ ਇਹੋ ਹੀ ਮਿਲਦਾ ਹੈ ਕਿ ਸਾਡੇ ਜਿਹੜੇ ਕਾਗਜ਼ ਨੇ ਉਹ ਘਰ ਪਏ ਆ। ਇਹਨਾਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਕਾਗਜ਼ ਪੱਤਰ ਨੇ ਤੁਹਾਡੇ ਕੋਲ ਹੋਣੇ ਚਾਹੀਦੇ। ਅੱਜ ਕਿੰਨੇ ਚਲਾਨ ਕੀਤੇ ਗਏ? ਅੱਜ ਤਕਰੀਬਨ ਅਸੀਂ 6-7 ਚਲਾਨ ਹੁਣੇ ਆਏ ਸੀ, 6-7 ਚਲਾਨ ਕਰ ਦਿੱਤੇ ਹੈ ਅਤੇ ਬਾਕੀ ਦੇ ਇਲਾਕਾ ਜੀ ਜਾਰੀ ਹੈ। ਗੱਲ ਜੀ, ਮੈਂ ਇਸ ਹੀ ਸੂਰਜ ਪਾਣਾ ਟ੍ਰੈਫਿਕ ਇੰਚਾਰਜ ਜਲਾਲਾਬਾਦ ਲੱਗਿਆ ਹੈ ਜੀ। ਅੱਜ ਅਸੀਂ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਮੁਕਤਸਰ ਰੋਡ 'ਤੇ ਨਾਕਾ ਲਗਾਇਆ ਹੈ। ਆਉਣ ਜਾਣ ਵਾਲੇ ਵਹੀਕਲਾਂ ਨੂੰ ਚੈਕਿੰਗ ਕਰਕੇ ਉਹਨਾਂ ਦੇ ਡਾਕੂਮੈਂਟ ਚੈੱਕ ਕਰ ਰਹੇ ਹਾਂ ਅਤੇ ਜਿਨ੍ਹਾਂ ਦੇ ਡਾਕੂਮੈਂਟ ਘੱਟ ਨੇ ਉਹਨਾਂ ਦੇ ਅਸੀਂ ਚਲਾਨ ਵੀ ਕਰ ਰਹੇ ਹਾਂ ਅਤੇ ਜਿਨ੍ਹਾਂ ਕੋਲ ਨਹੀਂ ਹੈਗੇ ਉਹਨਾਂ ਨੂੰ ਅਸੀਂ ਬੰਦ ਵੀ ਕਰਾਂਗੇ ਅਤੇ ਜਿਹੜੇ ਆਵਾਰਾਗਰਦੀ ਕਰਦੇ ਨੇ ਜਾਂ ਹੁੱਲੜਬਾਜ਼ੀਆਂ ਕਰਦੇ ਨੇ ਇਹਨਾਂ ਨੂੰ ਅਸੀਂ ਕਦੇ ਨਹੀਂ ਬਖਸ਼ਾਂਗੇ। ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਹੀ ਹੋਣਾ ਅਤੇ ਇੱਕ ਬੁਲਟ ਮੋਟਰਸਾਈਕਲ ਰੋਕਣ ਦੇ ਬਾਵਜੂਦ ਮੋਟਰਸਾਈਕਲ ਨੂੰ ਭਜਾ ਕੇ ਲੈ ਗਿਆ ਜਿਹਦਾ ਤੁਸੀਂ ਆਪਦੇ ਮੋਬਾਈਲ 'ਤੇ ਜਿਹੜਾ ਉਹਦਾ ਨੰਬਰ ਵੀ ਨੋਟ ਕੀਤਾ ਇਹਦਾ ਅਸੀਂ ਨੰਬਰ ਕਢਵਾ ਕੇ ਉਹਨਾਂ ਤੱਕ ਅਸੀਂ ਜ਼ਰੂਰ ਪਹੁੰਚਾਂਗੇ ਜਿਨ੍ਹਾਂ ਦੇ ਬੱਚਿਆਂ ਨੇ ਮੋਟਰਸਾਈਕਲ ਭਜਾਇਆ। ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਰੋਕਣ ਦੇ ਬਾਵਜੂਦ ਨਹੀਂ ਰੁਕਦੇ? ਇਹੋ ਹੀ ਤਾਂ ਹੁੱਲੜਬਾਜ਼ੀਆਂ ਕਰਦੇ ਜਿਹੜੀ ਜਿੰਨੀਆਂ ਵੀ ਆਵਾਰਾਗਰਦੀਆਂ ਕਰਨ ਵਾਲੇ ਨੇ ਜਾਂ ਮੰਨ ਕੇ ਚਲੋ ਜਿੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਨਾ ਜੀ, ਉਹ ਬਿਨਾਂ ਨੰਬਰ ਹੀ ਮੋਟਰਸਾਈਕਲਾਂ ਨਾਲ ਹੋ ਰਹੀਆਂ ਨੇ। ਇਸ ਕਰਕੇ ਅਸੀਂ ਇਹਨਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਤੇ ਪਿੰਡ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪੋ ਆਪਣੇ ਜਿਹੜੇ ਕਾਗਜ਼ ਪੱਤਰ ਨੇ ਪੂਰੇ ਰੱਖੋ ਅਤੇ ਆਪਣੇ ਕਾਗਜ਼ ਜਿਹੜੇ ਨੇ ਬਣਾ ਕੇ ਰੱਖੋ ਅਤੇ ਹਮੇਸ਼ਾ ਤੁਹਾਡੇ ਕੋਲ ਹੋਣੇ ਚਾਹੀਦੇ ਆ। ਇਹ ਨਹੀਂ ਵੀ ਜਦੋਂ ਅਸੀਂ ਮੋਟਰਸਾਈਕਲ ਰੋਕੀਦਾ ਤਾਂ ਇਹਨਾਂ ਨੂੰ ਸਾਨੂੰ ਉਹਨਾਂ ਨੂੰ ਇਹੋ ਹੀ ਮਿਲਦਾ ਕਿ ਸਾਡੇ ਜਿਹੜੇ ਕਾਗਜ਼ ਨੇ ਉਹ ਘਰ ਪਏ ਆ। ਇਹਨਾਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਕਾਗਜ਼ ਪੱਤਰ ਨੇ ਤੁਹਾਡੇ ਕੋਲ ਹੋਣੇ ਚਾਹੀਦੇ। ਅੱਜ ਕਿੰਨੇ ਚਲਾਨ ਕੀਤੇ ਗਏ? ਅੱਜ ਤਕਰੀਬਨ ਅਸੀਂ 6-7 ਚਲਾਨ ਹੁਣੇ ਆਏ ਸੀ, 6-7 ਚਲਾਨ ਕਰ ਦਿੱਤੇ ਹੈ ਅਤੇ ਬਾਕੀ ਦੇ ਇਲਾਕਾ ਜੀ ਜਾਰੀ ਹੈ।